ਵਾਸੀਓ ਸਾਡੀ ਮੇਰੀ ਤੇ ਮੇਰੇ ਸਟਾਫ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਦਿਨ ਅਸੀਂ ਇੱਥੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਾ ਰਹੇ ਹਾਂ ਇਹ ਸਾਰਾ ਕੁਝ ਸਾਡੇ ਐਮ ਡੀ ਸਾਹਿਬ ਡਾਕਟਰ ਅਤਿੰਦਰ ਸੂਰੀ ਰਾਣਾ ਹੋਸਪਿਟਲ ਵਿੱਚ ਦੇ ਵਿੱਚ ਜੋ ਕਿ ਸਟਾਫ ਆ ਉਹਨਾਂ ਵੱਲੋਂ ਉਹਨਾਂ ਦੀ ਅਗਵਾਈ ਹੇਠ ਲਾਇਆ ਜਾ ਰਿਹਾ ਤੇ ਅੱਜ ਕੈਂਪ ਦੇ ਵਿੱਚ ਇਹ ਦੱਸਣਾ ਹੈ ਕਿ ਸਾਡਾ ਖਾਣ ਪੀਣ ਦਾ ਰੂਟੀਨ ਹੀ ਸਾਡੀ ਸਿਹਤ ਨੂੰ ਖਰਾਬ ਕਰਦਾ ਹੈ ਇਸ ਵਿੱਚ ਰਾਣਾ ਹੋਸਪਿਟਲ ਵਿੱਚ ਜਿਸ ਤਰ੍ਹਾਂ ਪਾਈਪ ਦੇ ਪਿਸਟੁਲਾਂ ਦੇ ਪਿਸ਼ਰ ਦੇ ਸਭ ਆਪਰੇਸ਼ਨ ਹੁੰਦੇ ਨੇ ਇਹ ਸਿਰਫ ਸਾਡੀ ਖਾਣ ਪੀਣ ਦੀਆਂ ਹੈਬਿਟਸ ਤੋਂ ਖਾਣ ਪੀਣ ਦੀਆਂ ਆਦਤਾਂ ਕਰਕੇ ਇਹ ਸਾਰਾ ਚੀਜ਼ ਖਰਾਬ ਹੋ ਜਾਂਦੀ ਹੈ ਜਿਸ ਤਰ੍ਹਾਂ ਕਿ ਅਸੀਂ ਅੱਜ ਕੱਲ੍ਹ ਦੇ ਬੱਚੇ ਫਾਸਟ ਫੂਡ ਖਾਂਦੇ ਆ ਹੋਰ ਗਲਤ ਚੀਜ਼ਾਂ ਖਾ ਲੈਂਦੇ ਆ ਪ੍ਰੋਪਰ ਡਾਇਟ ਨਹੀਂ ਲੈਂਦੇ ਪ੍ਰੋਪਰ ਪਾਣੀ ਨਹੀਂ ਪੀਂਦੇ ਪ੍ਰੋਪਰ ਖਾਣਾ ਨਹੀਂ ਖਾਂਦੇ ਉਸਦੇ ਨਾਲ ਪੇਟ ਵਿੱਚ ਬੜੀ ਤਰ੍ਹਾਂ ਦੀਆਂ ਖਰਾਬੀਆਂ ਹੋ ਜਾਂਦੀਆਂ ਕਬਜ਼ ਹੋ ਜਾਂਦੀ ਕਬਜ਼ ਤਾਂ ਤੁਹਾਨੂੰ ਪਤਾ ਹੀ ਆ ਵੀ ਬੜੇ ਦੇਰ ਤੋਂ ਚੱਲਦਾ ਆ ਰਿਹਾ ਸਿਸਟਮ ਜਿਹੜੀ ਕਬਜ਼ ਹੈ ਉਹ ਸਾਰੀ ਬਿਮਾਰੀਆਂ ਦੀ ਜੜ੍ਹ ਹੁੰਦੀ ਸਾਡੇ ਇਹ ਜਿਹੜਾ ਐਕਚੁਅਲੀ ਇਹ ਰੈਕਟਲ ਕੈਂਸਰ ਅਵੇਅਰਨੈਸ ਕੰਪੇਨ ਆ ਨਾ ਇਹਦੇ ਵਿੱਚ ਪਖਾਨੇ ਦੇ ਕੈਂਸਰ ਬਾਰੇ ਹੀ ਦੱਸਿਆ ਜਾਂਦਾ ਕਿਉਂਕਿ ਇਹ ਜਗ੍ਹਾ ਜਿੱਥੇ ਆਪਾਂ ਜੰਗਲ ਪਾਣੀ ਜਾਂਦੇ ਹਾਂ ਸਾਨੂੰ ਮਤਲਬ ਕਿ ਫਰੈਸ਼ ਹੁੰਦੇ ਹਾਂ ਇਹ ਜਗ੍ਹਾ ਇੱਕ ਐਸੀ ਜਗ੍ਹਾ ਹੈ ਨਾਜ਼ੁਕ ਜਗ੍ਹਾ ਹੈ ਕਿ ਪਿੰਡ ਵਾਲੇ ਈਵਨ ਸ਼ਹਿਰ ਵਾਲੀਆਂ ਵੀ ਬੀਬੀਆਂ ਭੈਣਾਂ ਭਰਾ ਬਜ਼ੁਰਗ ਇਹ ਨਹੀਂ ਦੱਸ ਪਾਉਂਦੇ ਕਿ ਸਾਨੂੰ ਕੀ ਪ੍ਰੋਬਲਮ ਇਹ ਕੀ ਕਰਦੇ ਆ ਥੋੜ੍ਹੀ ਬਹੁਤੀ ਕਬਜ਼ੀ ਹੋਈ ਨਾਲ ਥੋੜ੍ਹਾ ਜਿਹਾ ਖੂਨ ਆਇਆ ਦਵਾਈ ਮਾੜੀ ਮੋਟੀ ਲੈ ਕੇ ਉਸ ਤੋਂ ਬਾਅਦ ਵਿੱਚ ਕਹਿੰਦੇ ਜੀ ਠੀਕ ਹੈ ਥੋੜ੍ਹੀ ਦੇਰ ਬਾਅਦ ਫਿਰ ਹੋ ਜਾਂਦੀ ਕਬਜ਼ੀ ਫਿਰ ਦਵਾਈ ਲੈਂਦੇ ਠੀਕ ਜਦੋਂ ਕਿ ਸਾਡੇ ਪਖਾਨੇ ਵਿੱਚ ਕੁਸ਼ਨ ਟਾਈਪ ਹੁੰਦਾ ਹੈ ਕੁਸ਼ਨ ਜਾਣੀ ਕਿ ਪੋਲਾ ਪੋਲਾ ਨਰਮ ਨਰਮ ਮਾਸ ਜਿਹਦੇ ਵਿੱਚ ਜਿਹੜਾ ਕਿ ਕੁਸ਼ਨ ਦੀ ਤਰ੍ਹਾਂ ਜੋ ਆਪਾਂ ਨੂੰ ਜੰਗਲ ਪਾਣੀ ਆਉਂਦਾ ਹੈ ਉਹ ਆਰਾਮ ਨਾਲ ਆਉਂਦਾ ਰਹੇ ਤਾਂ ਠੀਕ ਹੈ ਸਖ਼ਤ ਆਪਣਾ ਪਖਾਨੇ ਵਿੱਚੋਂ ਜੋ ਮਾਲ ਆਉਂਦਾ ਹੈ ਉਹ ਸਖ਼ਤ ਹੋਣ ਕਰਕੇ ਉਹਨੂੰ ਝਰੀਟਾਂ ਪਾ ਲੈਂਦਾ ਉਹ ਜਿਹੜੇ ਕੁਸ਼ਨ ਹੁੰਦੇ ਆਪਾਂ ਸੋਫਿਆਂ ਦੇ ਉੱਤੇ ਗੱਦੇ ਗੱਦੀਆਂ ਰੱਖਦੇ ਨਾ ਤਾਂ ਕਿ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਉਹ ਕੁਸ਼ਨ ਟਾਈਪ ਜਿਹੜੇ ਅੰਦਰ ਹੈ ਟਿਸ਼ੂ ਉਹਦੇ ਉੱਤੋਂ ਨਹੀਂ ਜਦੋਂ ਫੋਟੀ ਆਉਂਦੀ ਹੈ ਲਗੜ ਕੇ ਉਹਦੇ ਉੱਤੇ ਇਨਫੈਕਸ਼ਨ ਕਰ ਦਿੰਦੀ ਉਹਦੇ ਉੱਤੇ ਜ਼ਖਮ ਕਰ ਦਿੰਦੀ ਹੈ ਉਹ ਜ਼ਖਮ ਹੀ ਫੁੱਲ ਕੇ ਨਾੜੀਆਂ ਹੁੰਦੀਆਂ ਉੱਥੇ ਜਿਹੜੀਆਂ ਖੂਨ ਸਪਲਾਈ ਕਰਦੀਆਂ ਉਹ ਇਨਫੈਕਟਡ ਹੋ ਕੇ ਫੁੱਲ ਜਾਂਦੀਆਂ ਫੁੱਲ ਕੇ ਉਹਨਾਂ ਦੇ ਅੰਗੂਰ ਟਾਈਪ ਗੁੱਛੇ ਜੇ ਬਣ ਜਾਂਦੇ ਜਿਹਨੂੰ ਕਿ ਅਸੀਂ ਪਾਇਲਸ ਕਹਿੰਦੇ ਹਾਂ ਬਵਾਸੀਰ ਕਹਿੰਦੇ ਹਾਂ ਉਹ ਅਸੀਂ ਕੀ ਕਰਦੇ ਹਾਂ ਦਵਾਈ ਲੈਂਦੇ ਹਾਂ ਅਸੀਂ ਠੀਕ ਹੈ ਜੀ ਸਾਡੀ ਕਬਜ਼ੀ ਠੀਕ ਆ ਉਹ ਵਧੀ ਜਾਂਦੇ ਵਧੀ ਜਾਂਦੇ ਜੇ ਪ੍ਰੋਪਰ ਡਾਇਟ ਖੀਰਾ ਸਲਾਦ ਫਰੂਟ ਫਰੂਟ ਵਗੈਰਾ ਪਾਣੀ ਪੀਵਾਂਗੇ ਤਾਂ ਹੀ ਉਹ ਠੀਕ ਰਹਿਣਗੇ ਨਹੀਂ ਤਾਂ ਉਹ ਚਾਰ ਸਟੇਜਾਂ ਉਹ ਕੀ ਕਰਦੇ ਆ ਮੋਕੇ ਮੋਕਾ ਟਾਈਪ ਬਣ ਜਾਂਦੇ ਮੋਕੇ ਵੱਧਦੇ ਆ ਸ਼ੁਰੂ ਵਿੱਚ ਤਾਂ ਮੋਕੇ ਬਾਹਰ ਨਹੀਂ ਆਉਂਦੇ ਪਹਿਲੀ ਦੂਜੀ ਸਟੇਜ ਵਿੱਚ ਉਹ ਅੰਦਰ ਹੀ ਰਹਿੰਦੇ ਆ ਠੀਕ ਹੈ ਤੀਸਰੀ ਸਟੇਜ ਵਿੱਚ ਜਿਸ ਟਾਈਮ ਤੇ ਪੱਟੀ ਆਉਂਦੀ ਆ ਉਹ ਮੋਕੇ ਕੀ ਕਰਦੇ ਆ ਉਹ ਬਾਹਰ ਨੂੰ ਨਿਕਲਦੇ ਆ ਜਦੋਂ ਅਸੀਂ ਉੱਠ ਜਾਂਦੇ ਹਾਂ ਉਹ ਅੰਦਰ ਨੂੰ ਚੱਲ ਜਾਂਦੇ ਆ ਚੌਥੀ ਸਟੇਜ ਵਿੱਚ ਕੀ ਹੁੰਦਾ ਮੋਕੇ ਦੇ ਬਾਹਰ ਆਉਂਦੇ ਪਰ ਅੰਦਰ ਨੂੰ ਜਾਂਦੇ ਉਹਨੂੰ ਹੱਥ ਨਾਲ ਕਰਨਾ ਪੈਂਦਾ ਅੰਦਰ ਠੀਕ ਹੈ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਇਹ ਈਵਨ ਕਈ ਵਾਰੀ ਬਲੀਡਿੰਗ ਵੀ ਅੰਦਰੋਂ ਆਉਣ ਲੱਗ ਪੈਂਦੀ ਉਹ ਖੂਨ ਆਉਂਦਾ ਹੈ ਠੀਕ ਹੈ ਉਹ ਚੀਜ਼ ਨੂੰ ਮੁੱਖ ਰੱਖਦੇ ਹੋਏ ਪ੍ਰੋਪਰ ਟਾਈਮ 'ਤੇ ਜਦੋਂ ਆਪਣਾ ਚੈੱਕਅਪ ਹੋਏਗਾ ਤਾਂ ਉਹਦੀ ਸਾਨੂੰ ਪਤਾ ਲੱਗ ਜਾਏਗਾ ਇਹ ਬਵਾਸੀਰ ਹੈ ਜਾਂ ਭੁਕੰਦਰ ਹੈ ਜਾਂ ਫਿਸ਼ਰ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਕੈਂਸਰ ਹੈ ਕੈਂਸਰ ਤੁਹਾਨੂੰ ਪਤਾ ਕਿੰਨੀ ਭੈੜੀ ਬਿਮਾਰੀ ਆ ਇਹ ਭੈੜੀ ਬਿਮਾਰੀ ਤੋਂ ਮਤਲਬ ਕਿ ਛੁਟਕਾਰਾ ਪਾਉਣ ਵਾਸਤੇ ਟਾਈਮ ਸਿਰ ਚੈੱਕਅਪ ਕਰਵਾਇਆ ਜਾਵੇ ਤਾਂ ਹੀ ਇਹ ਠੀਕ ਹੋ ਸਕਦਾ ਨਹੀਂ ਤਾਂ ਬਾਅਦ ਵਿੱਚ ਬਹੁਤ ਮੁਸ਼ਕਲ ਹੁੰਦੀ ਹੈ ਠੀਕ ਹੈ ਇਸੇ ਕਰਕੇ ਸਾਡੇ ਐਮ ਡੀ ਸਾਹਿਬ ਨੇ ਡਾਕਟਰ ਸਤਿੰਦਰ ਸੂਰੀ ਉਹਨਾਂ ਦੀ ਅਗਵਾਈ ਹੇਠ ਅਸੀਂ ਆਏ ਹਾਂ ਇੱਥੇ ਕੈਂਪ ਲਾਵਾਂਗੇ ਚੈੱਕਅਪ ਕਰਾਂਗੇ ਜੇ ਅਗਰ ਕਿਸੇ ਨੂੰ ਪਾਇਲਸ ਹੈ ਬਵਾਸੀਰ ਹੈ ਜੋ ਵੀ ਹੈ ਠੀਕ ਹੈ ਬਾਅਦ ਜਿੱਥੇ ਵੀ ਜਾਓਗੇ ਬਹੁਤ ਬੈਡ ਪੈਸੇ ਲੱਗ ਜਾਂਦੇ ਆਪਰੇਸ਼ਨਾਂ ਦੇ ਫਿਰ ਵੀ ਠੀਕ ਨਹੀਂ ਹੁੰਦੇ ਇੱਥੇ ਤੁਹਾਨੂੰ
कंसेशन मतलब घट पैसे से ऑपरेशन हो गए और उसके विच तुम ये भी दस दिए इस हॉस्पिटल विच ये नहीं कि इतने सारे फतेहगढ़ साहब के आते हैं महाराष्ट्र दिल्ली मुंबई महाराष्ट्र मुंबई में भी आ जाता उस तो बाद साउथ इंडिया झारखंड यूपी सारा हिमाचल इवन इंग्लैंड तो इंग्लैंड कनेडा तो फेल हुए केस भी इतने आए हैं और वो सक्सेसफुल हो रहे हैं एक चीज मुख रखते हुए पब्लिक हित मतलब जनता हित मुख रखते हुए उन्होंने ये अवेयरनेस कंपेन चालू की है ताकि लोगों में पता लग सके कि ये छोटी छोटी गलती नाल कितनी बड़ी ऐसी बीमारी कर लेंगे और बाद में कितना मुश्किल होगी इस करके शुरुआत में चेकअप करवाने के नाल सानू कोई फर्क नहीं पता शुरुआत में ये कंट्रोल की जा सकती है ठीक है थैंक यू।